sir. ਜੀ ਤਾਬੀਨ ਪੰਜਾਬੀ ਚ ਮੇਰੇ ਨਾਲ ਨੇ ਅਬਦੁਲ ਰਜ਼ਾਕ ਤੁਹਾਡੀ ਬਹੁਤ ਫਰਮਾਇਸ਼ ਸੀ ਬਹੁਤ ਪਹਿਲਾਂ ਇਹਨਾਂ ਨੇ ਇੰਟਰਵਿਊ ਦਿੱਤਾ ਅਤੇ ਫਿਰ ਇਹ ਇੰਨੇ ਕੁ ਬਿਜ਼ੀ ਹੋ ਗਏ ਨੇ ਇੰਨੇ ਕੁ ਫਲੋਟਿੰਗ ਹੋ ਗਏ ਨੇ ਕਿ ਇਹਨਾਂ ਨੂੰ ਫੜਨਾ ਆਸਾਨ ਹੀ ਨਹੀਂ ਬਹੁਤ ਬਲਕਿ ਬਹੁਤ ਮੁਸ਼ਕਿਲ ਕੰਮ ਹੋ ਗਿਆ ਅਤੇ ਇਹਨਾਂ ਨਾਲ ਗੱਲ ਕਰਦੇ ਹਾਂ ਰਜ਼ਾਕ ਬਾਈ ਤੁਸੀਂ ਇੱਕ ਵਾਰੀ ਕਿਹਾ ਸੀ ਕਿ ਜਿਹੜਾ ਕੋਚ ਪਲੇਅਰਾਂ ਨਾਲ ਖੁੰਦਕ ਰੱਖਦਾ ਹੈ ਉਹਨੂੰ ਸੈਕ ਕਰ ਦੇਣਾ ਚਾਹੀਦਾ ਤੁਸੀਂ ਅੱਜ ਵੀ ਉਸ ਮੌਕਫ 'ਤੇ ਕਾਇਮ ਹੋ ਦੇਖੀ ਸਭ ਤੋਂ ਪਹਿਲੇ ਤਾਂ ਜਿਹੜੀ ਗੱਲ ਦਾ ਮਕਸਦ ਸੀ ਕਿ ਤੁਸੀਂ ਆਪਣੀ ਜੋਬ ਨਾਲ ਸੰਸੀਅਰ ਨਹੀਂ ਹੈਗੇ ਔਰ ਤੁਹਾਡਾ ਦਿਲ ਅਤੇ ਤੁਹਾਡਾ ਦਿਮਾਗ ਵੀ ਸਾਫ਼ ਹੋਣਾ ਚਾਹੀਦਾ ਪਲੇਅਰ ਦੇ ਮੁਤਾਬਿਕ ਔਰ ਪਲੇਅਰ ਨੂੰ ਕੰਫਰਟ ਲੈਵਲ ਦੇਣਾ ਚਾਹੀਦਾ ਅਗਰ ਉਹਦੇ ਟੈਲੈਂਟ ਹੈ ਅਤੇ ਇਹ ਚੀਜ਼ਾਂ ਨਾਲ ਅਗਰ ਤੁਸੀਂ ਉਹਦੇ ਨਾਲ ਕੋਈ ਖੁੰਨਕ ਰੱਖੋ ਜਾਂ ਜੈਲਸ ਹੋਵੋ ਤਾਂ ਉਹ ਫਿਰ ਕਦੇ ਵੀ ਪਲੇਅਰ ਨਹੀਂ ਬਣ ਸਕਦਾ ਔਰ ਤੁਸੀਂ ਆਪਣੀ ਜੋਬ ਦੇ ਨਾਲ ਨਾਇਨਸਾਫੀ ਕਰ ਅਸੀਂ ਇਸ ਟੂਰਨਾਮੈਂਟ ਵਿੱਚ ਬੈਟਿੰਗ 'ਚ ਦੋ ਫਾਈਨਿੰਗ ਕਹਿ ਸਕਦੇ ਹਾਂ ਆਜ਼ਮ ਖਾਨ ਅਤੇ ਹੈਦਰ ਅਲੀ ਦੇਖੇ ਜਿਸ ਤਰ੍ਹਾਂ ਕਿ ਪਰਫਾਰਮੈਂਸ ਆਜ਼ਮ ਖਾਨ ਨੇ ਦੀ ਹੈ ਉਰਦੂ 'ਚ ਆ ਗਏ ਹੋ ਅੱਛਾ ਜਿਹੜੀ ਪਰਫਾਰਮੈਂਸ ਦਿੱਤੀ ਆਜ਼ਮ ਖਾਨ ਨੇ ਉਹਨੇ ਪ੍ਰੂਫ ਕੀਤਾ ਜੀ ਬਿਲਕੁਲ ਔਰ ਫਿਸ਼ 'ਤੇ ਨਾ ਉਹ ਕਿਸੇ ਦਾ ਬੇਟਾ ਹੁੰਦਾ ਨਾ ਕਿਸੇ ਦਾ ਬਾਪ ਹੁੰਦਾ ਬਿਲਕੁਲ ਠੀਕ ਅਤੇ ਉਹਨੇ ਆਪਣੀ ਪਰਫਾਰਮੈਂਸ ਨਾਲ ਦੱਸਿਆ ਕਿ ਜੀ ਕਿ ਮੇਰੇ ਟੈਲੈਂਟ ਹੈ ਫਿਟਨੈਸ ਦਾ ਇਸ਼ੂ ਹੋਏਗਾ ਜਦੋਂ ਫਿਟਨੈਸ ਵਿੱਚ ਬਿਹਤਰ ਹੋਏਗੀ ਤਾਂ ਹੋਰ ਇੰਪਰੂਵਮੈਂਟ ਆ ਜਾਏਗੀ ਅਤੇ ਉਹਨੇ ਬੜਾ ਅੱਛਾ ਪ੍ਰੋਗਰਾਮ ਕੀਤਾ ਹੈਦਰ ਅਲੀ ਇਹ ਵੀ ਬੜਾ ਅੱਛਾ ਯੰਗ ਲੜਕਾ ਹੈ ਔਰ ਜਿਸਾ ਹੀਟਿੰਗ ਕਰਦਾ ਡੋਮੀਨੇਟ ਕਰਦਾ ਬੋਲਰਾਂ ਨੂੰ ਇਹ ਬੜਾ ਅੱਛੇ ਸਾਈਨ ਨੇ ਪੀ ਐੱਸ ਐੱਲ ਦਾ ਮਤਲਬ ਵੀ ਇਹੀ ਹੈ ਕਿ ਅਗਰ ਕੋਈ ਤੁਹਾਨੂੰ ਕੋਈ ਪਲੇਅਰ ਨਜ਼ਰ ਆਉਂਦਾ ਤਾਂ ਉਹਨੂੰ ਪਾਕਿਸਤਾਨ ਨਾਲ ਸਿਖਾਉਣਾ ਚਾਹੀਦਾ ਮੂਸਾ ਖਾਨ ਤਾਂ ਬੜਾ ਤਿੱਖਾ ਔਰ ਆਊਟ ਵੀ ਕਰ ਰਿਹਾ ਹਸਨੈਨ ਦੀ ਬੋਲਿੰਗ 'ਚ ਸਪੀਡ ਹੈ ਮਗਰ ਹਾਲੇ ਤੱਕ ਵੈਰੀਏਸ਼ਨ ਵੇਖਣ 'ਚ ਨਹੀਂ ਆ ਰਹੀ ਉਹਨੂੰ ਤੁਸੀਂ ਕਿਸ ਤਰ੍ਹਾਂ ਬਿਹਤਰ ਕਰੋਗੇ ਦੇਖੇ ਹਸਨੈਨ ਨੂੰ ਸਭ ਤੋਂ ਪਹਿਲੇ ਤਾਂ ਇਹਨਾਂ ਨੇ ਬੜੀ ਜਲਦੀ ਪਾਕਿਸਤਾਨ ਹਾਰ ਦਿੱਤਾ ਯੈਸ ਔਰ ਇਹ ਬੜਾ ਗਲਤ ਕੀਤਾ ਉਹਨੇ ਸਾਡੇ ਪਿੱਛੇ ਸਾਡੇ ਨਾਲ ਸੀ ਅਤੇ ਮੈਂ ਬੋਲਿੰਗ ਕੋਚ ਤਾਂ ਮੈਨੂੰ ਪੁੱਛਣਾ ਚਾਹੀਦਾ ਸੀ ਅਤੇ ਉਹਦੇ ਵਾਸਤੇ ਅੱਛਾ ਔਰ ਠੀਕ ਹੈ ਫਾਈਨੈਂਸ਼ਲੀ ਵੀ ਹੈਲਪ ਮਿਲਦੀ ਹੈ ਕੌਨਫੀਡੈਂਸ ਵੀ ਮਿਲਦਾ ਉਹਨੂੰ ਪਾਕਿਸਤਾਨ ਟੀਮ 'ਚ ਔਨਰ ਦੀ ਵੀ ਗੱਲ ਹੈ ਪਰ ਸਟਿਲ ਉਹਨੂੰ ਟਾਈਮ ਚਾਹੀਦਾ ਉਹ ਡੋਮੈਸਟਿਕ ਖੇਲੇ ਫਸਟ ਕਲਾਸ ਦੇ ਵਿੱਚ ਜ਼ਿਆਦਾ ਬੋਲਿੰਗ ਕਰੇ ਜਿੰਨੀ ਜ਼ਿਆਦਾ ਲੰਬੀ ਬੋਲਿੰਗ ਕਰੇਗਾ ਉਹਨਾਂ ਆਪਣੀ ਲਾਈਨ ਲੈਣ ਦਾ ਪਤਾ ਚੱਲੇਗਾ ਉਹਦੇ ਰਨਅਪ 'ਚ ਪ੍ਰੋਬਲਮ ਹੈ ਉਹਨੂੰ ਆਪਣੇ ਰਨਅਪ ਦਾ ਆਈਡੀਆ ਹੋਏਗਾ ਅਤੇ ਉਹਨੂੰ ਕ੍ਰਿਕਟ ਚਾਹੀਦੀ ਹੈ ਫਸਟ ਕਲਾਸ ਖੇਲਣੀ ਜੇ 25-30 ਓਵਰ ਕਰੇਗਾ ਤਾਂ ਜਾ ਕੇ ਫਿਰ ਉਹਦੀ ਮੈਚੋਰਟੀ ਆਏ ਆਖਰੀ ਸਵਾਲ ਲਾਹੌਰ ਕਲੰਦਰ ਦੇ ਨਾ ਜਿੱਤਣ ਦੀ ਵਜ੍ਹਾ ਤੁਸੀਂ ਐਜ਼ ਏ ਐਕਸਪਰਟ ਓਪੀਨੀਅਨ ਕੀ ਦਿਓ ਦੇਖੇ ਕ੍ਰਿਕਟ ਹੈ ਔਰ ਸਮਝ ਤੋਂ ਬਾਹਰ ਹੈ ਕਿ ਉਹ ਪਿਛਲੇ 4 ਸਾਲਾਂ ਤੋਂ ਉਹਨਾਂ ਨਾਲ ਇੰਜੀ ਹੋ ਰਿਹਾ ਅਤੇ ਹਰ ਸਾਲ ਇਹ ਉਮੀਦ ਹੁੰਦੀ ਹੈ ਕਿ ਉਹ ਐਤਕੀ ਜਿੱਤਣਗੇ ਅਤੇ ਜਿੱਤ ਜਿਹੜੀ ਹੈ ਉਹ ਤੁਹਾਡੀਆਂ ਕਾਫੀ ਖਾਮੀਆਂ ਜਿਹੜੀਆਂ ਦੂਰ ਕਰ ਦਿੰਦੀ ਬਿਲਕੁਲ ਬਿਲਕੁਲ ਅਤੇ ਲਾਹੌਰ ਕਲੰਦਰ ਦੀ ਤੁਸੀਂ ਗੱਲ ਕਰ ਰਹੇ ਜੀ ਤਾਂ ਦੇਖੋ ਇੱਕ ਪਲੇਅਰਾਂ ਨੂੰ ਇੰਨੀ ਅਵੇਅਰਨੈਸ ਹੋਣੀ ਚਾਹੀਦੀ ਹੈ ਪਲੇਅਰਾਂ ਦਾ ਇੱਕ ਕੰਬੀਨੇਸ਼ਨ ਹੋਣਾ ਚਾਹੀਦਾ ਇੱਕ ਪਲੇਅਰ ਨੇ ਮੈਨ ਆਫ ਦੀ ਮੈਚ ਲੈਣਾ ਹੁੰਦਾ ਅਤੇ ਉਹ ਬੈਡ ਲੱਕ ਇਹਨਾਂ ਦਾ ਔਰ ਜਿਹੜਾ ਇਹਨੇ ਟੀਮ 'ਚ ਆਉਂਦਾ ਕੋਈ ਪਰਫਾਰਮ ਨਹੀਂ ਕਰਦਾ ਵੱਡੇ ਵੱਡੇ ਪਲੇਅਰ ਆਏ ਨੇ ਬੈਡ ਮੈਕਲਮ ਆਏ ਨੇ ਗੇਲ ਆਇਆ ਅਤੇ ਕਾਫੀ ਹੋਰ ਵੀ ਪਲੇਅਰ ਆਏ ਨੇ ਅਤੇ ਡਿਵੀਲੀਅਰ ਵੀ ਆਇਆ ਅਤੇ ਜਿਹੜਾ ਪਲੇਅਰ ਇਹਨਾਂ 'ਚ ਆਉਂਦਾ ਉਹ ਪਰਫਾਰਮ ਨਹੀਂ ਕਰਦਾ ਇਹਦਾ ਮਤਲਬ ਫਿਰ ਕਿਤੇ ਨਾ ਕਿਤੇ ਤਾਂ ਪ੍ਰੋਬਲਮ ਹੈ ਅਗਰ ਪ੍ਰੋਬਲਮ ਕਿਸੇ ਨੂੰ ਸਮਝ ਨਹੀਂ ਆ ਰਹੀ ਤਾਂ ਫਿਰ ਰਿਜ਼ਲਟ ਤੁਹਾਨੂੰ ਸਾਹਮਣੇ ਹੀ ਹੈ ਰਿਜ਼ਲਟ ਇੰਜ ਨਹੀਂ ਆ ਰਹੇ ਹਫੀਜ਼ ਕੈਪਟਨ ਹੋਣਾ ਚਾਹੀਦਾ ਸੀ ਦੇਖੇ T20 ਹੈ ਇਹਦੇ 'ਚ ਜਿਹੜਾ ਪਰਫਾਰਮ ਕਰਦਾ ਜੋ ਟੀਮ ਲਈ ਖੇਲਦਾ ਉਹ ਕੈਪਟਨ ਅਤੇ ਠੀਕ ਹੈ ਬੋਲਿੰਗ ਯੂਟੀਲਾਈਜੇਸ਼ਨ ਦੇ ਵਿੱਚ ਵੀ ਹੁੰਦਾ ਪਰ 4 ਓਵਰ ਕਰਨੇ ਹੁੰਦੇ ਨੇ ਉਹਦਾ ਤੁਸੀਂ ਪਲੈਨ ਕਰਕੇ ਆ ਉਹਦੇ ਮੁਤਾਬਕ ਤੁਸੀਂ ਸੈੱਟ ਕਰ ਰਹੇ ਹੁੰਦੇ ਜੇ ਕੋਈ ਮੈਨੇਜਮੈਂਟ 'ਚ ਵੀ ਲੋਕ ਬੈਠੇ ਨੇ ਕ੍ਰਿਕਟਰ ਬੈਠੇ ਨੇ ਅਤੇ ਬੈਡ ਲੱਕ ਉਹਨਾਂ ਨੂੰ ਚੱਲਦੀ ਆ ਰਹੀ ਹੈ ਹੁਣ ਇਹਨੂੰ ਅਸੀਂ ਬੈਡ ਲੱਕ ਨਹੀਂ ਕਵਾਂਗੇ ਥੈਂਕ ਯੂ ਵੈਰੀ ਮੱਚ ਮੇਰੇ ਐਸ ਐਨ ਜੀ ਮੇਰੇ ਰਜ਼ਾ ਭਾਈ ਮੇਰੇ ਵੱਡੇ ਭਾਈ ਅਬਦੁਲ ਰਜ਼ਾਕ ਹਮੇਸ਼ਾ ਸੱਚੀ ਸੁਰੀ ਅਤੇ ਸੁਥਰੀ ਗੱਲ ਕਰਦੇ ਨੇ ਔਰ ਕਦੀ ਬਾਇਸ ਨਹੀਂ ਹੋਏ ਮਗਰ ਮੇਰੀ ਤਰ੍ਹਾਂ ਜੋ ਗੱਲ ਦਿਲ 'ਚ ਹੋਵੇ ਉਹ ਮੂੰਹ 'ਤੇ ਲੈ ਕੇ ਆ ਜਾਂਦੇ ਨੇ ਅਫਤਾਬ ਅਹਿਮਦ ਤਾਬੀ ਨੂੰ ਦਿਓ ਇਜਾਜ਼ਤ ਅਤੇ ਥੈਂਕ ਯੂ ਵੈਰੀ ਮੱਚ ਕੋਇਟਾ ਗਲੈਡੀਏਟਰਸ ਮੈਨੇਜਰ ਨਬੀਲ ਔਰ ਅੱਲਾਹ ਹਾਫਿਜ਼